ਕੀ ਗੱਲ ਪੁੱਤ? ਮੰਮੀ ਡੈਡੀ ਦੇ ਕੰਮ ਵੇਖ ਲੋ ਹੁਣ ਕੀ ਹੋਇਆ ਵਾ? ਜੇ ਮੈਂ ਕੋਈ ਚੰਗਾ ਕੰਮ ਕਰਦੀ ਆ ਤਾਂ ਵੀ ਮੈਨੂੰ ਹਰ ਵਕਤ ਇਹ ਕਹਿੰਦੇ ਰਹਿੰਦੇ ਤੂੰ ਬਗਾਨੀ ਆ ਜਾਂ ਦਫਾ ਜੇ ਮੇਰੇ ਲਾਗੋ। ਮੰਮੀ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈਗਾ। ਨਾ ਮਿਲਦੀ ਡੈਡੀ ਦੀ ਗੱਲ ਦਾ ਨੀ ਗੁੱਸਾ ਕਰਦਾ ਹੁੰਦਾ ਜਿਹੜਾ ਮਾਂ ਪਿਓ ਹੁੰਦਾ ਨਾ ਉਹ ਪੁੱਤ ਪਿਆਰ ਦੇ ਨਾਲ ਕੋਈ ਵੀ ਗੱਲ ਸਮਝਾਉਂਦੇ ਹੀ ਨੇ, ਉਹ ਥੋੜਾ ਗੁੱਸੇ 'ਚ ਹੁੰਦੇ ਉੱਤੋਂ ਉੱਤੋਂ ਕਰਦੇ ਆ ਤੇਰੇ ਨਾਲ। ਮੰਮੀ ਕੋਈ ਉੱਤੋਂ ਉੱਤੋਂ ਨਹੀਂ ਕਰਦੇ, ਉਹ ਤਾਂ ਕਹਿੰਦੇ ਜਦ ਦਫਾ ਜੇ ਤੂੰ ਮਾਰੀ ਜਾਵੇ ਤਾਂ ਹੀ ਚੰਗਾ ਏ। ਚੱਲ ਕੋਈ ਨੀ ਪੁੱਤ, ਤੇਰਾ ਪਿਓ ਕੋਈ ਹੋਰ ਤਾਂ ਨਹੀਂ ਨਾ ਗੱਲ ਕਰਦਾ? ਮੰਮੀ ਕੁੜੀਆਂ ਦੇ ਪਿਓ ਇੰਨਾ ਉਹਨਾਂ ਨਾਲ ਪਿਆਰ ਕਰਦੇ ਨੇ ਤੇ ਕਾਲਜ ਛੱਡਣ ਹੁੰਦੇ ਆ, ਇੰਨਾ ਉਹਨਾਂ ਨਾਲ ਪਿਆਰ ਕਰਦੇ। ਪੁੱਤ ਪੁੱਤ ਮੰਮੀ ਉਹਨਾਂ ਨੂੰ ਕਰਦੇ ਤੇ ਮੇਰਾ ਪਿਓ ਮੈਨੂੰ ਖਾਣ ਪੈਂਦਾ ਹਰ ਵਕਤ, ਕਦੇ ਇਹਨਾਂ ਨੇ ਮੈਨੂੰ ਪੁੱਤ ਕਹਿ ਕੇ ਕਵਾਇਆ ਨਹੀਂ ਆ। ਜਦੋਂ ਨਹੀਂ ਬਸ ਇੱਕੋ ਗੱਲ, ਤੂੰ ਕਲੈਣੀ ਆ, ਤੂੰ ਇੰਜ ਵਾ ਤੂੰ ਇੰਜ, ਜੇ ਮੈਂ ਕੁੱਝ ਨਹੀਂ ਕਰਦੀ ਤਾਂ ਵੀ ਮੈਂ ਬੁਰੀ ਲੱਗਦੀ, ਜੇ ਮੈਂ ਕੁੱਝ ਕਰਦੀ ਤਾਂ ਵੀ ਬੁਰੀ ਲੱਗਦੀ, ਫਿਰ ਦੱਸੋ ਮੈਂ ਕਿਹੜੇ ਖੂਹ 'ਚ ਪਵਾਂ? ਮੰਮੀ ਸਾਡਾ ਕੋਈ ਘਰ ਨਹੀਂ ਹੈਗਾ। ਜਦੋਂ ਅਸੀਂ ਅਗਲੇ ਘਰ ਚਲੇ ਗਈਆਂ ਅਗਲਿਆਂ ਨੇ ਵੀ ਤਾਨੇ ਮਾਰਨੇ ਕਿ ਤੁਸੀਂ ਬਗਾਨੀ ਆ, ਤੁਹਾਨੂੰ ਵੀ ਤੇ ਹੁਣ ਡੈਡੀ ਕਹਿੰਦੇ ਆ ਤੂੰ ਬਗਾਨੇ ਘਰੋਂ ਆਈ ਆ ਤੇ ਮੈਨੂੰ ਵੀ ਇਹੋ ਕੁਝ ਸੁਣਨ ਨੂੰ ਮਿਲਣਾ ਵਾ। ਪੁੱਤ ਇਹ ਦੁਨੀਆਂ ਦੀ ਜਿਹੜੀ ਰੀਤ ਵਾ ਨਾ ਇਹ ਧੁਰੋਂ ਚੱਲੀ ਆਈ ਆ, ਇਹੋ ਸਾਰੀ ਜ਼ਿੰਦਗੀ ਕਹਿੰਦੇ ਖੱਪ ਗਏ। ਪਹਿਲਾਂ ਧੀਆਂ ਨੂੰ ਕਹਿਣਾ ਇਹ ਬਗਾਨਾ ਤੁਹਾਨੂੰ ਆ, ਮੁੜ ਕੇ ਕਹਿਣਾ ਲੈ ਅਗਲਿਆਂ ਕਹਿਣਾ ਬਗਾਨੇ ਘਰੋਂ ਆਈ ਆ। ਪੁੱਤ ਇਹ ਜ਼ਿੰਦਗੀ ਇੱਦਾਂ ਹੀ ਜੀਣੀ ਪੈਣੀ ਆ, ਤੂੰ ਨਾ ਗੁੱਸਾ ਕਰਿਆ ਕਰ ਮੇਰੀ ਧੀ। ਕਿਉਂ ਮੰਮੀ ਏਦਾਂ ਜੀਣੀ ਪੈਣੀ ਆ? ਅਸੀਂ ਜੇ ਇਹ ਘਰ ਨੂੰ ਆਪਣਾ ਘਰ ਸਮਝਦੀਆਂ ਨੇ ਅੱਗੇ ਜਾਣੀਆਂ ਤਾਂ ਉਹਨੂੰ ਵੀ ਆਪਣਾ ਘਰ ਸਮਝ ਕੇ ਕੰਮ ਕਰਦੀਆਂ ਕਿ ਨਹੀਂ, ਉੱਥੇ ਸਾਰਾ ਦਿਨ ਕੰਮ ਕਰਦੇ ਰਹੀਦਾ ਵਾ ਤੇ ਅਗਲੇ ਫਿਰ ਵੀ ਇਹ ਗੱਲ ਕਹਿਣ ਤੇ ਫਿਰ ਤੇ ਬੜੀ ਮਾੜੀ ਆ ਨਾ। ਪੁੱਤ ਸਮਝਣਾ ਹੀ ਪੈਣਾ ਵਾ, ਕੀ ਕਰੀਏ ਹੁਣ, ਕਿਹੜੇ ਖੂਹ ਖਾਤੇ ਪੈ ਜਾਈਏ? ਤੈਨੂੰ ਪਤਾ ਮੈਂ ਇੰਨਾ ਰਾਤ ਦਿਨ ਤੇਰੇ ਪਿਓ ਤੇ ਤੇਰੇ ਭਰਾ ਨੂੰ ਸਮਝਾਉਂਦੀ ਹਾਂ, ਉਹਨਾਂ ਦੀ ਸਿਹਤ 'ਤੇ ਮਾਸਾ ਅਸਰ ਨਹੀਂ ਆ, ਜਦ ਅਗਲੇ ਮੇਰੀ ਸਮਝਦੇ ਹੋਣ ਕੋਈ ਗੱਲ ਨਹੀਂ, ਕੋਈ ਵਧੀਆ ਥਾਂ ਲੱਭ ਕੇ ਨਾ ਅਸੀਂ ਤੇਰਾ ਰਿਸ਼ਤਾ ਕਰ ਦਾਂਗੇ, ਵਿਆਹ ਕਰ ਦਾਂਗੇ, ਕੋਈ ਗੱਲ ਨਹੀਂ, ਇਹਨਾਂ ਨੇ ਇੱਦਾਂ ਹੀ ਕਰਦਿਆਂ ਲੰਘ ਜਾਣੀ ਆ ਕਿ ਤੂੰ ਮੇਰੀ ਧੀ ਨਾ ਆਪਣੇ ਦਿਮਾਗ ਨਾਲ। ਉਹਨਾਂ ਨੇ ਮੰਮੀ ਇਹੋ ਕੁਛ ਹੀ ਕਰਨਾ ਵਾ, ਉਹਨੇ ਮੈਨੂੰ ਕਿਹੜਾ ਰਾਜਗੱਦੀ 'ਤੇ ਬਿਠਾ ਦੇਣਾ ਵਾ। ਚੱਲ ਪੁੱਤ ਕੋਈ ਪਤਾ ਵਾ ਕੋਈ ਚੰਗੇ ਜੀ ਪੈ ਜਾਣ? ਕਦਰ ਮੰਮੀ ਫਿਰ ਹੁੰਦੀ ਜੇ ਪਿਛਲੇ ਕਦਰ ਕਰਨ ਆਪਣੀ ਧੀ ਪੁੱਤ ਦੀ ਤੇ ਫਿਰ ਹੀ ਅੱਗ ਲੈਣੇ ਕਰਨੀ ਆ। ਚੱਲ ਮੇਰੀ ਧੀ ਨਾ ਮੇਰਾ ਮਨ ਦਿਖਾਇਆ ਗਾ, ਪੁੱਤ ਮੈਨੂੰ ਪਤਾ ਵਾ ਤੂੰ ਹੈ ਤਾਂ ਸੱਚੀ ਆ, ਹੁਣ ਇਹ ਜਿਹੜੇ ਦੋਵੇਂ ਜਾਣੇ ਆ ਨਾ ਇਹ ਤਾਂ ਸਮਝਾਇਆ ਵੀ ਨਹੀਂ ਸਮਝਦੇ, ਮੈਂ ਕੀ ਕਰਾਂ? ਜਿੰਨਾ ਮੈਨੂੰ ਇਹ ਤੰਗ ਕਰਦੇ ਨਾ ਮੇਰਾ ਤੇ ਜੀ ਕਰਦਾ ਮੈਂ ਕੁਝ ਕਰ ਹੀ ਲਵਾਂ। ਨਾ ਇੰਨਾ ਸਤੰਦੇ ਆ ਮੈਨੂੰ, ਇਦਾਂ ਨਾ ਕਰੀ ਮੇਰੀ ਧੀ, ਇਹਨਾਂ ਦਾ ਕੀ ਜਾਣਾ ਵਾ? ਫਿਰ ਇਹਦਾ ਮਤਲਬ ਤੇ ਇਹੋ ਜਾਣਾ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ? ਪਰ ਉਹੀ ਦਾ ਨਹੀਂ ਹੁੰਦਾ, ਅੱਗੋਂ ਤਗੜੇ ਹੋ ਕੇ ਟਾਈਮ ਕੱਢੀ ਦਾ ਵਾ, ਮਾੜੀ ਚੰਗੀ ਨਹੀਂ ਕਰੀ ਦੀ ਪਿਓ ਦੇ ਅੱਗੇ ਨਾ ਆਪਣੇ ਵੀਰ ਦੇ ਅੱਗੇ ਕਰੀ, ਕੋਈ ਗੱਲ ਨਹੀਂ ਸਾਰੀ ਉਮਰ ਵੀਰ ਨੇ ਤੇ ਪਿਓ ਨੇ ਤੇਰੇ ਲਾਗੇ ਨਹੀਂ ਬੈਠਾ ਰਹਿਣਾ। ਪਰ ਮੰਮੀ ਫਿਰ ਵੀ ਸਾਡੀ ਕੋਈ ਜ਼ਿੰਦਗੀ ਨਹੀਂ ਹੈਗੀ ਕੁੜੀਆਂ ਦੀ, ਉਦਾਂ ਇਹਨੇ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਡੈਡੀ ਤੇ ਮੈਨੂੰ ਕੁਝ ਸਮਝਦੇ ਨਹੀਂ ਆ, ਮੇਰੇ ਲਾਗੇ ਵੀਰ ਨੂੰ ਜਿਹੜੀ ਚੀਜ਼ ਉਹ ਕਹਿਣ ਉਹ ਲਿਆ ਲਿਆ ਦੇ ਜਾਂਦੇ ਨੇ ਤੇ ਮੈਂ ਕੁਝ ਕਹਿੰਦੀ ਹਾਂ ਤੇ ਮੈਨੂੰ ਕਦੇ ਨਹੀਂ ਉਹ ਚੀਜ਼ ਮਿਲੀ ਹੈਗੀ, ਮੇਰੇ ਸਾਰੇ ਅਰਮਾਨ ਤੁਸੀਂ ਨੱਪ ਕੇ ਰੱਖੇ ਨੇ। ਪੁੱਤ ਤੇਰੇ ਡੈਡੀ ਦਾ ਸ਼ੁਰੂ ਤੋਂ ਹੀ ਇੱਦਾਂ ਦਾ ਸੁਭਾਅ ਸੀ, ਉਹਨੇ ਨਾ ਸ਼ੁਰੂ ਤੋਂ ਮੇਰੇ ਨਾਲ ਵੀ ਇਹੋ ਕੁਛ ਹੀ ਕਰਦੇ ਹੁੰਦੇ ਸੀ, ਜੇ ਤੇਰੀ ਦਾਦੀ ਸੀ ਨਾ ਉਹਨੇ ਵੀ ਇਹੋ ਗੱਲਾਂ ਕਰਦੀ ਰਹਿਣਾ। ਕੋਈ ਗੱਲ ਨਹੀਂ ਧੀਏ ਮੇਰੀ, ਅੱਧੀ ਕੁ ਲੰਘ ਗਈ ਆ ਅੱਧੀ ਹੋਰ ਰਹਿ ਗਈ ਆ, ਮੈਂ ਕਿਹੜਾ ਸਾਰੀ ਉਮਰ ਇਹਨਾਂ ਕੋਲ ਬੈਠੀ ਰਹਿਣਾ? ਮੰਮੀ ਤੁਸੀਂ ਤੇ ਕੱਢ ਲਈ ਹੈ ਨਾ, ਪਰ ਮੈਂ ਨਹੀਂ ਕੱਢਣੀ ਹੈਗੀ। ਕੀ ਕਰਾਂ ਇਹਨਾਂ ਜੀਆਂ ਦਾ ਇਲਾਜ, ਕੁੜੀ ਵਿਚਾਰੀ ਮੇਰੇ ਲਾਗੇ ਖੱਪਦੀ ਆ, ਜਿੰਨਾ ਇਹ ਕੰਟਰੋਲ ਕਰਦੇ ਨੇ ਕੱਲ੍ਹ ਨੂੰ ਉਹਨੇ ਇਹਦੀ ਮੰਨੀ ਨਾ ਨਾ ਪਿਓ ਦੀ ਨਾ ਭਰਾ ਦੀ, ਤੇ ਫਿਰ ਫਿਰ ਇਹ ਕੀ ਕਰਨਗੇ? ਤੇ ਜੇ ਹੁਣ ਉਹਨੂੰ ਪਿਆਰ ਨਾ ਰੱਖਣ ਤੇ ਸਾਰਾ ਕੁਛ ਉਹ ਵੀ ਵਿਚਾਰੀ ਸਾਡੇ ਵਾਸਤੇ ਸਾਰਾ ਦਿਨ ਨਿੱਕੀ ਨਿੱਕੀ ਹੱਥੀ ਕਰਦੀ ਰਹਿੰਦੀ ਆ, ਪਰ ਜਿੰਨਾ ਮਰਜ਼ੀ ਕੰਮ ਕਰਦੀ ਆਉਂਦੀ ਇਹ ਤਾਂ ਕਰਦੀ ਕੱਖ ਨਹੀਂ। ਚੱਲ ਅੱਛਾ ਮੇਰੀ ਤਾਂ ਧੀ ਆ, ਮੈਨੂੰ ਤਾਂ ਚੰਗੀ ਲੱਗਦੀ ਹੈ, ਕੋਈ ਗੱਲ ਨਹੀਂ ਮੈਂ ਆਪਣੀ ਧੀ ਦਾ ਸਾਥ ਦੇਵਾਂਗੀ, ਇਹਨਾਂ ਦੀ ਮੰਨਾਂਗੀ ਤਾਂ ਮੈਨੂੰ ਕੀ ਲੋੜ ਵਾ? ਇਹਨਾਂ ਦੇ ਹੁੰਦੇ ਮੈਨੂੰ ਕਹਿਣਾ ਪੁੱਤ ਜੇ ਮੈਂ ਤੈਨੂੰ ਝਿੜਕ ਵੀ ਲਵਾਂ ਤਾਂ ਗੁੱਸਾ ਨਾ ਕਰੀ, ਉੱਦਾਂ ਮੈਂ ਤੈਨੂੰ ਦਿਲੋਂ ਬੜਾ ਪਿਆਰ ਕਰਦੀ ਹਾਂ, ਜਾਵਾਂ ਕਿਤੇ ਰੋਂਦੀ ਨਾ ਹੋਵੇ। ਅੱਛਾ ਵਾਹਿਗੁਰੂ।
ਮੇਰੀ ਤਾਂ ਤੇਰੇ ਅੱਗੇ ਇਹੋ ਹੱਥ ਜੋੜ ਕੇ ਅਰਦਾਸ ਆ ਕਿ ਮੇਰੀ ਧੀ ਨੂੰ ਨਾ ਕੱਲ ਨੂੰ ਵਧੀਆ ਘਰ ਮਿਲੇ, ਮੇਰੀ ਧੀ ਆਪਣੇ ਘਰ ਜਾ ਕੇ ਐਸ਼ ਕਰੇ। ਕਿਹੜਾ ਸੂਟ ਪਾਵਾਂ, ਕੋਈ ਚੱਜ ਸਵਾਦੀ ਚੀਜ਼ ਬਣਾ ਕੇ ਨਹੀਂ ਦੇਣੀ ਹੁੰਦੀ, ਜੇ ਕੋਈ ਲੈ ਕੇ ਦਿੰਦੇ ਨੇ ਤੇ ਰੱਦੀ ਮਾਲ ਜਾ ਚੁੱਕੇ ਤੇ ਲੈ ਆਉਂਦੇ ਆ। ਕੁੜੀਆਂ ਨੇ ਕਿੰਨੇ ਸੋਹਣੇ ਸੋਹਣੇ ਸੂਟ ਬਣਾਏ ਆ, ਇਹਨਾਂ ਨੂੰ ਮੈਂ ਫੂਕਣਾ ਹੁੰਦੀ ਰਹੀ ਜੀ, ਕਹਿੰਦਾ ਸਾਰਿਆਂ ਨੂੰ ਅੱਕ ਲਾਉਣਾ ਇਹਨਾਂ ਦੇ ਗਾੜੀ ਰੱਖ ਕੇ। ਕਿਹੜੀ ਗੱਲੋਂ ਖਪੀ ਜਾਣ ਰਹੀ ਆ ਮੰਮੀ, ਕੁੜੀਆਂ ਨੇ ਇੰਨੇ ਸੋਹਣੇ ਸੋਹਣੇ ਸੂਟ ਬਣਾਏ ਨਾ, ਮੇਰੇ ਤੋਂ ਤੇ ਕੋਈ ਚੱਜ ਸਵਾਦਾ ਹੈ ਵੀ ਨਹੀਂ ਆ, ਮੈਂ ਕੀ ਪਾ ਕੇ ਜਾਵਾਂ, ਮੈਨੂੰ ਵੀ ਇੱਕ ਬਣਾ ਕੇ ਦਿਓ ਵਧੀਆ ਜਿਹਾ ਸੂਟ। ਚੱਲ ਕੋਈ ਨੀ ਪੁੱਤ, ਟਾਈਮ ਕੱਢੀ ਦਾ ਹੁੰਦਾ, ਪਾ ਲਾ ਇਹੋ। ਇਹ ਕਿਹੜਾ ਉੱਥੇ ਵੀ ਲਿਖਿਆ ਵਾ ਵੀ ਅੱਗੇ ਪਾਇਆ, ਹੁਣ ਨਹੀਂ ਪਾਉਣਾ। ਮੰਮੀ ਅੱਗੇ ਪਾਏ ਦੀ ਨੀ ਗੱਲ ਹੈਗੀ, ਕਿੰਨੀ ਵਾਰੀ ਤੇ ਪਾਲੇ ਨੇ ਵਿਚਾਰੇ, ਹੈ ਹੀ ਉਦਾਂ ਦੇ ਆ। ਅੱਗੇ ਰੱਦੀ ਮਾਲ ਜਾਂਦੇ ਤੁਸੀਂ ਚੁੱਕ ਕੇ ਲਿਆਉਂਦੇ ਹੋ, 400-500 ਵਾਲਾ ਸੂਟ ਲਿਆ ਕੇ ਤੇ ਮੇਰੇ ਮੱਥੇ ਮਾਰਦੇ ਹੋ, ਕਿੰਨੇ ਸੋਹਣੇ ਸੋਹਣੇ ਸੂਟ ਹੁੰਦੇ ਨੇ ਉੱਥੇ, ਬੰਦਾ ਚੱਜ ਸਵਾਦ ਦਾ ਕੋਈ ਲੈ ਆਉਂਦਾ ਤੇ ਕੋਈ 2-4 ਵਾਰੀ ਪਾ ਵੀ ਲੈਂਦਾ ਵਾ। ਚੱਲ ਮੈਂ ਤੇਰੀ ਡੈਡੀ ਨਾਲ ਗੱਲ ਕਰਕੇ ਵੇਖਦੀ ਹਾਂ ਤੇ ਕੁੜੀ ਨੂੰ 2 ਸੂਟ ਲਿਆ ਕੇ ਦੇ। ਜੀ ਮੰਮੀ, ਡੈਡੀ ਨਾਲ ਨਾ ਮੈਨੂੰ ਤੇ ਆਪਣੇ ਕੋਲੋਂ ਲੈ ਕੇ ਦਿਓ, ਜਿੱਦਾਂ ਮਰਜ਼ੀ ਮੈਨੂੰ ਸੂਟ ਬਣਾ ਕੇ ਦਿਓ ਤੇ ਵਧੀਆ ਲੈ ਕੇ ਆਇਓ ਨਾ, ਹੋਏ ਫਿਰ ਭੈਣ ਸੁਣ ਜਾ ਚੁੱਕ ਕੇ ਤੇ ਲੈ ਆਵੋ। ਚੱਲ ਕੋਈ ਗੱਲ ਨਹੀਂ ਪੁੱਤ, ਇੰਨਾ ਨਹੀਂ ਖਰੀਦੀ ਦਾ ਹੁੰਦਾ, ਮੈਂ ਤੇਰੀ ਡੈਡੀ ਨਾਲ ਜਾ ਕੇ ਗੱਲ ਕਰਨੀ ਹੈ, ਜੇ ਤੂੰ ਮੰਨ ਗਿਆ ਨਾ ਤੇ ਅਸੀਂ ਦੋਵੇਂ ਜੀ ਜਾ ਕੇ ਤੇ ਤੈਨੂੰ ਲਿਆ ਦਿੰਦੇ 2 ਸੂਟ। ਨਹੀਂ ਨਹੀਂ ਮੰਮੀ, ਤੁਸੀਂ ਡੈਡੀ ਤੋਂ ਪੈਸੇ ਲੈ ਲਿਓ ਤੇ ਆਪਾਂ ਦੋਵੇਂ ਮਾਵਾਂ ਦੀਆਂ ਜਾਵਾਂਗੇ, ਡੈਡੀ ਨੂੰ ਕੀ ਪਤਾ ਵੀ ਡੈਡੀ ਤੁਹਾਨੂੰ ਸੇਲ ਜੀ ਤੇ ਲੈ ਜਾਂਦੇ ਨੇ ਤੇ ਇੱਥੋਂ ਸੂਟ ਲੈ ਲਓ ਤੇ ਤੁਸੀਂ ਵੀ ਨਹੀਂ ਕੁਝ ਬੋਲਦੇ ਹੈਗੇ, ਉਹਨਾਂ ਨੂੰ ਨਾਲੇ ਕੀ ਪਤਾ ਕਿੱਦਾਂ ਦੇ ਅੱਜ ਕੱਲ੍ਹ ਚੱਲਣਦੇ ਨੇ, ਮੈਂ ਤੁਹਾਡੇ ਨਾਲ ਜਾਵਾਂਗੀ ਤੇ ਆਪਾਂ ਦੋਵੇਂ ਜਣੇ ਬਣਾ ਕੇ ਲਿਆਵਾਂਗੇ। ਚੱਲ ਬਾਬਾ ਗੱਲ ਕਰਕੇ ਤੇ ਵੇਖਾਂ, ਤੈਨੂੰ ਪਤਾ ਨਹੀਂ ਪੱਕਾ ਪਤਾ ਵੀ ਨਹੀਂ ਮੰਨਣਾ ਕਿ ਨਹੀਂ ਮੰਨਣਾ, ਮੰਨ ਜੂਗਾ ਫਿਰ ਕਹਿ ਦਾਂਗੀ ਇੰਨੀ ਗੱਲ ਵੀ। ਜਾਓ ਜਾ ਕੇ ਤੇ ਮਨਾਓ, ਤੂੰ ਹਾਂ ਗੱਲ ਕਰਨੀ ਹੈ ਮਨਾਓ, ਮੈਂ ਨਹੀਂ ਇੰਨਾ, ਮੇਰੀ ਮੰਨ ਜਾਣ ਤੇ ਮੇਰੇ ਨਾਲ ਚੱਲ ਜਾਣ ਤੇ ਜਦੋਂ ਪਤਾ ਲੱਗਾ ਤੇਰੇ ਵੱਲੋਂ ਕਿਹਾ ਉਹਨਾਂ ਨੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਣਾ। ਆਹ ਮੰਮੀ ਪਤਾ ਕਿੱਦਾਂ ਦੀ ਗੱਲ ਹੋਈ, ਮੈਂ ਦੁਕਾਨ ਤੇ ਵੀ ਨਹੀਂ ਜਾ ਮਰ ਸਕਦੀ, ਇਹਨੂੰ ਚੰਗਾ ਤੇ ਮੈਨੂੰ ਉਦੋਂ ਹੀ ਮਾਰ ਦਿੰਦੇ ਜਦੋਂ ਮੈਂ ਜੰਮੀ ਹਾਂ, ਕਾਲਜ ਵੀ ਤੇ ਮੈਂ ਜਾਣੀ ਆ ਨਾ, ਮੈਨੂੰ ਕਿਹੜਾ ਕੋਈ ਤੂੰ ਚੁੱਕ ਕੇ ਲੈ ਜਾਂਦਾ ਵਾ। ਨਿਕਲ ਇਹਨੀਆਂ ਗੱਲਾਂ ਨਾ ਕਰਿਆ ਕਰ, ਜੇ ਜੀ ਉਹ ਤਰ੍ਹਾਂ ਦੇ ਤੂੰ ਸਿਆਣੀ ਬਣ ਜਾ। ਮੰਮੀ ਵੀ ਜਿੱਦਾਂ ਦੀ ਉਹ ਹੈਗੀ ਨਾ ਉਦਾਂ ਦੇ ਫਿਰ ਬੰਦਾ ਵੀ ਹੋ ਜਾਂਦਾ ਅੱਕ ਸੜ ਕੇ, ਸਾੜੀ ਛੱਡਦੇ ਨੇ ਹਰ ਵਕਤ। ਗੱਲ ਕਰਕੇ ਵੇਹਨੀ ਯਾਰ, ਹੁਣ ਬੋਲਣਾ ਉਹਨਾਂ ਦੇ ਕੰਨ ਆਵਾਜ਼ ਪੈ ਗਈ, ਇਹਨਾਂ ਨੇ ਕਹਿਣਾ ਮਾਂ ਨੂੰ ਧੀ ਨੇ ਕਿਹਾ ਹੋਣਾ ਕੱਪੜਿਆਂ ਵੱਲੋਂ, ਹੁਣ ਮੈਂ ਤਾਂ ਆਪਣਾ ਨਾਂ ਲੈ ਲੈਣਾ, ਮੈਂ ਤੇਰਾ ਲੈਣਾ ਹੀ ਨਹੀਂ ਗਾ। ਜਾਓ ਜਾ ਕੇ ਮਨਾਓ, ਜਿੱਦਾਂ ਮਰਜ਼ੀ ਨਾਂ ਲੈ ਲਿਓ ਤੁਸੀਂ। ਕੀ ਗੱਲ ਮੰਜੀ, ਕੀ ਗੱਲ ਹੋਈ, ਇਹਨਾਂ ਕਿਉਂ ਰੌਲਾ ਪਾਉਂਦੇ ਹੀ? ਕੁਛ ਨਾ ਕੁਛ, ਆਂਦੀ ਆ ਵੀ ਮੇਰੇ ਸਕੂਲੇ ਪ੍ਰੋਗਰਾਮ ਆ ਤੇ ਮੈਨੂੰ ਸੂਟ ਬਣਾ ਕੇ ਦਿਓ, ਸਾਰੀਆਂ ਕੁੜੀਆਂ ਨੇ ਨਵੇਂ ਪਾਉਣੇ ਨੇ, ਉਹ ਗੱਲ ਨਹੀਂ ਹੈ। ਤੇ ਦੱਸ ਨਾ ਤੇਰੇ ਇੰਨੇ ਸੂਟ ਤੇ ਹੈਗੇ ਆ, ਆਹ ਵੀ ਕਿੰਨੇ ਨਵੇਂ ਸੂਟ ਪਏ ਆ ਤੇਰੇ, ਆਹ ਵੇਖ ਆਹ ਵੇਖ, ਆਹ ਵੀ ਨਵਾਂ ਸੂਟ ਵਾ, ਆਹ ਵੀ ਸੂਟ ਹੈਗਾ ਵਾ। ਹਾਂ ਭਾਬੀ ਜੀ, ਮੰਮੀ ਆਹ ਫੰਕਸ਼ਨ ਚ ਪਾਉਣ ਵਾਲਾ ਵਾ ਸੂਟ, ਇੱਥੇ ਵੇਖੋ ਸਾਰੇ ਦੀ ਲੂਈ ਆਈ ਆ। ਤੈਨੂੰ ਪਤਾ ਤੇ ਹੈਗਾ ਤੇਰੇ ਵੀਰ ਦਾ ਤੇ ਡਰ ਦਾ ਸੰਭਾ ਕੇ ਦੋਨਾ ਵਾ, ਤੇ ਪਾਇਆ ਇਹਨਾਂ ਪਹਿਲਾਂ ਹਿਸਾਬ ਲਾਹਾਂ ਕੋਈ ਤੂੰ। ਨਹੀਂ ਸਰ ਨਾ ਭਾਬੀ ਜੀ, ਮੈਨੂੰ ਕੁੜੀਆਂ ਨੇ ਉੱਥੇ ਗੱਲਾਂ ਕਰਨੀਆਂ ਵਾ, ਜੇ ਤੁਸੀਂ ਮੇਰਾ ਇੰਨਾ ਸੋਚਦੇ ਹੋ ਤੇ ਤੁਸੀਂ ਕਹਿ ਕੇ ਬਣਵਾ ਦਿਓ ਆਪਣਾ ਨਾਂ ਲੈ ਕੇ, ਤੁਹਾਨੂੰ ਪਤਾ ਵੀ ਹੈਗਾ ਮੈਨੂੰ ਤਾਂ ਉਹਨਾਂ ਨੇ ਬਣਾ ਕੇ ਨਹੀਂ ਦੇਣਾ। ਆਹੋ ਮੈਂ ਇਹਨਾਂ ਨੂੰ ਕਹਾਂ ਬਣਾ ਦਿਓ ਇਹਨੂੰ ਸੂਟ, ਮੈਨੂੰ ਬੜੇ ਬਣਾ ਕੇ ਦੇਣ, ਮੈਂ ਜਦੋਂ ਪੇਕੇ ਜਾਂਦੀ ਮੈਂ ਤਾਂ ਉੱਥੇ ਬਣਾ ਕੇ ਲਿਆਉਂਦੀ ਹਾਂ। ਵੀਰ ਵੀ ਕਿਹੜੀ ਛੇਤੀ ਇਹਨਾਂ ਨੂੰ ਬਣਾ ਦਿੰਦਾ ਵਾ। ਜੇ ਮੈਂ ਤੈਨੂੰ ਆਹ ਨੀ, ਤੇਰੀ ਜ਼ਬਾਨ ਵੀ ਬੜੀ ਲੰਮੀ ਹੈ, ਤੂੰ ਮੈਨੂੰ ਹੌਸਲੇ ਨਾਲ ਕਹਿੰਦੀ ਨਾ ਉਹਨੂੰ ਸੁਣਦਾ, ਮੈਂ ਆਪੇ ਗੱਲ ਕਰ ਲੈਂਦੀ, ਚੁੱਪ ਤਾਂ ਕਰਦੀ ਹੀ ਨੀ ਹੈਗੀ, ਕਿਤੇ ਮਾਂ ਦੀ ਵੀ ਗੱਲ ਲਾ ਲੈਂਦਿਆ ਕਰ, ਆਪੇ ਹੀ ਅੱਗੇ ਅੱਗੇ ਰਹਿੰਦੀ ਹੈ, ਜੇ ਹੁਣ ਤੂੰ ਨਾਮ ਬੋਲਦੀ ਉਹਨੇ ਆਪੇ ਨਹੀਂ ਆਉਣਾ ਹੈਗਾ, ਹੁਣ ਉਹਨੇ ਸੁਣ ਲਿਆ ਹੁਣ ਉਹ ਆਈ ਇਸੇ ਕਰਕੇ, ਬਥੇਰਾ ਤੈਨੂੰ ਵੀ ਵੜਨੀ ਹੈ ਵੀ ਤੇਰੀ ਜ਼ਬਾਨ ਕਿਤੇ ਟੁੱਕੀ ਜਾਏ, ਨਹੀਂ ਟੁੱਕੀ ਜਾਂਦੀ, ਜਾਨੀ ਆ ਗੱਲ ਕਰਕੇ ਵੇਹਨੀ। ਮਾਂ ਮੇਰੀ ਜ਼ਬਾਨ ਵੜਦੀ ਰਹਿੰਦੀ, ਪਿਓ ਮੈਨੂੰ ਮਾਰਦਾ ਰਹਿੰਦਾ, ਮੈਂ ਤੇ ਉਂਝ ਹੀ ਨਹੀਂ ਮਰ ਜਾ ਸਗੋਂ ਚੰਗਾ ਵਾ। ਲੰਮੇ ਪੈ ਗਏ ਜੀ ਯਾਰ, ਤੂੰ ਮਾਰ ਕੇ ਜਗਾ ਦਿਆ ਕਰ, ਬਸ ਜੇ ਕੋਈ ਕੰਮ ਹੋਏ ਤਾਂ ਫਿਰ ਆਉਣਾ ਹੀ ਆ। ਤੈਨੂੰ ਤਾਂ ਕੰਮ ਦੁਪਹਿਰ ਹੀ ਆਉਂਦੇ ਆ।
ਦੱਸ ਅੱਗੋਂ ਭੱਜ ਕੇ ਪੈਣ ਦੀ ਆਦਤ ਉਹ ਦੱਸ ਵੀ ਹੁਣ ਕਰਨਾ ਕੀ ਆ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਜੇ ਮੰਨੋਗੇ ਤਾਂ ਮੈਂ ਕਵਾਂ ਨਹੀਂ ਤਾਂ ਨਾ ਕਵਾਂ ਮੈਂ ਹੁਣ ਤੈਨੂੰ ਲਿਖ ਕੇ ਦਵਾਂ ਦੱਸ ਦੇ ਜੋ ਕਰਨਾ ਹੁਣ ਆ ਜਿਹੜੀ ਕਿ ਸ਼ਹਿਰ ਤੱਕ ਜਾਣਾ ਮੈਂ ਨਹੀਂ ਹਲੇ ਜਾਣਾ ਸ਼ਹਿਰ 2:30 ਵਜੇ ਉਹ ਤੋਂ ਅੱਗ ਲੱਗੀ ਆ ਜੇ ਤੁਸੀਂ ਨਹੀਂ ਜਾਣਾ ਤਾਂ ਹੋਰ ਕਿਹਨੂੰ ਮੈਂ ਲੈ ਕੇ ਜਾਵਾਂ ਮੁੰਡਾ ਆਂਦਾ ਮੈਂ ਅੰਦਰੋਂ ਨਹੀਂ ਨਿਕਲਦਾ ਮੈਂ ਠੰਡੇ ਹੋਏ ਚੱਲ ਜਾਗਾ ਲੈ ਕੇ ਤਾਂ ਮੈਨੂੰ ਦੇ ਦਿਓ ਜੋ ਲਿਆਉਣਾ ਮੈਂ ਲੈ ਆਊਂਗਾ ਜਾ ਕੇ ਦੱਸ ਕਿੱਦਾਂ ਮੈਂ ਲਿਖ ਕੇ ਦੇਣਾ ਕੋਈ ਸਮਾਨ ਹੁੰਦਾ ਵਾ ਲਿਖ ਕੇ ਦੇਣ ਵਾਲਾ ਕੋਈ ਹੁੰਦਾ ਨਹੀਂ ਲਿਖ ਕੇ ਦੇਣ ਵਾਲਾ ਉਹ ਲਿਆਉਣਾ ਕੀ ਆ ਉਹ ਕੁੜੀ ਦੇ ਹੈਗਾ ਹੀ ਉਹ ਕਾਲਜ ਪ੍ਰੋਗਰਾਮ ਤੇ ਉਹ ਕਹਿੰਦੀ ਇੱਕ ਸੂਟ ਲਿਆ ਕੇ ਦਿਓ ਮੈਨੂੰ ਤੇ ਮੈਂ ਤੇਰੇ ਪਿਓ ਨਾਲ ਗੱਲ ਕਰਕੇ ਵੇਖ ਲੈਂਦੀ ਹਾਂ ਪ੍ਰੋਗਰਾਮ ਹੀ ਉੱਥੇ ਕੋਈ ਵਿਆਹ ਵਾ ਕਾਲਜ 'ਚ ਜਿਹੜਾ ਇਹਨੇ ਸੂਟ ਪਾ ਕੇ ਜਾਣਾ ਵਾ ਤੇ ਫਿਰ ਕੀ ਆ ਦੁਨੀਆ ਦੇ ਨਾਲ ਵੇਖਣਾ ਪੈਂਦਾ ਹੁਣ ਦੁਨੀਆ ਪਾਉਂਦੀ ਆ ਤੇ ਉਹਨੂੰ ਮੈਂ ਕਵਾਂ ਵੀ ਇੱਕੋ ਹੀ ਪਾ ਕੇ ਤੁਰੀ ਫਿਰ ਉਹ ਸਾਡੇ ਦੇ ਖਾਨਦਾਨ 'ਚ ਕਿਸੇ ਨੇ ਕੁੜੀ ਕਾਲਜ 'ਚ ਨਹੀਂ ਪੜ੍ਹਾਈ ਸ਼ੁਕਰਗੁਜ਼ਾਰ ਆ ਅਸੀਂ ਇਹਨੂੰ ਪਾਤਾ ਉੱਥੇ ਸਾਡੇ ਕੋਲ ਸੂਟ ਸਾਡਾ ਹੁੰਦੇ ਇੰਨੇ ਨਾ ਹੀ ਲਿਆ ਕੇ ਦੇਣੇ ਆ ਜੇ ਪਾਤਾ ਫਿਰ ਕਿਹੜਾ ਸਹਾਨ ਕੀਤਾ ਜੀ ਆਪਣੀ ਧੀ ਆ ਪੜ੍ਹਾਉਣੀ ਤਾਂ ਹੈ ਹੀ ਧੀ ਆ ਪੜ੍ਹਾਉਣੀ ਆ ਕੋਈ ਲੋੜ ਨਹੀਂ ਇਹਨੇ ਲਾਗ ਲਗਾਉਣ ਦੀ ਚੁੱਪ ਕਰਕੇ ਬੈਠੀ ਰਿਹਾ ਕਰ ਤੂੰ ਵਿਗਾੜ ਦੇਣੀ ਆ ਕੁੜੀ ਬਸ ਠੀਕ ਆ ਜਦੋਂ ਕੰਮ ਕਹੋ ਉਦੋਂ ਵਿਗਾੜ ਦੇਣੀ ਭਲਾ ਕੋਈ ਮਾਂ ਕਹਿੰਦੀ ਆ ਵੀ ਮੇਰਾ ਨਿਆਣਾ ਵਿਗੜ ਜੇ ਅੱਗੇ ਉਹਦੇ ਸੂਟ ਹੈ ਨੀਗੇ ਜਿਹੜੇ ਅੱਗੇ ਪਾ ਕੇ ਜਾਂਦੀ ਉਹੀ ਚੱਲ ਜੂਗੀ ਇੰਨੀ ਰੋਕ ਟੋਕ ਨਹੀਂ ਧੀਆਂ ਤੇ ਕਰੀ ਦੀ ਫਿਰ ਵੀ ਤੇਰੀ ਧੀ ਆ ਤੂੰ ਨਾ ਇੱਦਾਂ ਕਰਿਆ ਕਰ ਹਜੇ ਮੁੰਡਾ ਕਰੇ ਉਹ ਫਿਰ ਵੀ ਨਿਆਣਾ ਖਤਾ ਖਾਏਗੀ ਖਤਾ ਮੰਨ ਗਿਆ ਮੇਰੀ ਗੱਲ ਦੱਸ ਇਹ ਕਿੱਦਾਂ ਦੀ ਗੱਲ ਹੋਈ ਅਜੇ ਤਾਂ ਸਗੋਂ ਨਿਆਣੀ ਕਹਿਣ ਡਈ ਸੀ ਕਿ ਮੰਮੀ ਤੋਂ ਡੈਡੀ ਕੋ ਪੈਸੇ ਲੈ ਲਾ ਤੇ ਆਪਾਂ ਨੂੰ ਤੇ ਦੋਹੇ ਜਣੀਆਂ ਜਾ ਕੇ ਲੈ ਆਉਣੀ ਉਹਨੂੰ ਅੱਛਾ ਹੁਣ ਤੂੰ ਉਹਨੂੰ ਵੀ ਖੜੇਗੀ ਉੱਥੇ ਦੁਕਾਨ ਤੇ ਚੁੱਪ ਕਰਕੇ ਬਹਿ ਰਿਹਾ ਤੈਨੂੰ ਮੈਂ ਦੱਸਿਆ ਹੀ ਕਿਤੇ ਦੁਕਾਨ ਤੇ ਨਾ ਕੁੜੀ ਨੂੰ ਲੈ ਗਈ ਮੈਂ ਘਰ ਨਹੀਂ ਵੜਨ ਦੇਣਾ ਤੈਨੂੰ ਵੀ ਮੈਂ ਤਾਂ ਉੱਥੇ ਸਕਿਉਰਟੀ ਗਾਰਡ ਨੂੰ ਆਪਣਾ ਨੰਬਰ ਦੇ ਕੇ ਆਇਆ ਯਾ ਕੁੜੀ ਉਹ ਸਾਡੀ ਇੱਥੇ ਕਾਲਜ ਜਾਣ ਕਈ ਕੁਝ ਹੁੰਦਾ ਵਾ ਜੇ ਕੋਈ ਗੱਲਬਾਤ ਹੋਈ ਤਾਂ ਮੈਂ ਫੋਨ ਕਰਦੀ ਮੈਨੂੰ ਬਸ ਠੀਕ ਆ ਆਪਣੇ ਨਿਆਣੇ ਦੀ ਆਪੇ ਬਦਨਾਮੀ ਕਰ ਲਿਆ ਕਰੋ ਮੈਂ ਕੋਈ ਬਦਨਾਮੀ ਨਹੀਂ ਕੀਤੀ ਚੰਗੀ ਭਾਈ ਸੋਨੇ ਵਰਗੀ ਸਾਡੀ ਕੁੜੀ ਤੂੰ ਡਈ ਆ ਗਲਤ ਕੰਮ ਕਰਾਉਣ ਨਵੇਂ ਨਵੇਂ ਸੂਟ ਪਾ ਕੇ ਉਹਨੂੰ ਰੋਜ਼ ਕਾਲਜ ਮੈਨੂੰ ਨਹੀਂ ਇਹ ਕੰਮ ਚੰਗੇ ਲੱਗਦੇ ਸਦ ਮਰਦ ਦੇ ਕੱਪੜੇ ਪਾ ਕੇ ਜਾਇਆ ਕਰੇ ਨਾਲੇ ਜਿੱਦਾਂ ਦੇ ਆ ਗਏ ਸਸਤੇ ਜੇ ਵਧੀਆ ਲੱਗਦੀਆਂ ਕੁੜੀਆਂ ਬਸ ਠੀਕ ਆ ਕੋਈ ਫਾਇਦਾ ਨਹੀਂ ਤੁਹਾਡੇ ਨਾਲ ਗੱਲ ਕਰਨ ਦਾ ਜੇ ਨਿਆਣੇ ਨੇ ਚੀਜ਼ ਮਾਂ ਪਿਓ ਕੋ ਨਹੀਂ ਮੰਗਣੀ ਤੇ ਲੋਕਾਂ ਕੋ ਜਾ ਜਾ ਕੰਮ ਕਰ ਜਾ ਕੇ ਆਪਣਾ ਜਮਾਨਾ ਨਹੀਂ ਵੇਂਦੀ ਕਿਹੜਾ ਚੱਲਣ ਡਿਆ ਵਾ ਆਖਰ ਆ ਗਈ ਜਮਾਨੇ ਨੂੰ ਆਈ ਆ ਵੀ ਬਿਲਕੁਲ ਹੀ ਹੁਣ ਉਹਨੂੰ ਆਖਣਾ ਵੀ ਤੈਨੂੰ ਲੈ ਕੇ ਹੀ ਕੱਖ ਨਹੀਂ ਦੇਣਾ ਉਹਨੇ ਮਾਂ ਪਿਓ ਕੋ ਮੰਗਣਾ ਲੋਕਾਂ ਵੱਲ ਨਹੀਂ ਜਾਣਾ ਮੇਰੇ ਭਲੇ ਕੱਪੜੇ ਆ ਵਧੀਆ ਕੱਪੜੇ ਆ ਰੋਜ਼ ਦਿਹਾੜੀ ਨਵੇਂ ਸੂਟ ਲੈ ਕੇ ਨਹੀਂ ਦਿੱਤੇ ਜਾਂਦੇ ਨਾ ਦੇਣੇ ਆ ਠੀਕ ਆ ਚੰਗੇ ਨਹੀਂ ਲੱਗੀਦਾ ਜਦੋਂ ਮੈਂ ਉਹਨੂੰ ਨਿਆਣੇ ਨੂੰ ਜਾ ਕੇ ਦੱਸਿਆ ਤਾਂ ਨਾਲੇ ਉਹਨੂੰ ਕਹਿ ਦੀ ਪਿਆਰ ਕਲਿੱਪ ਕਲਾਪ ਲਾ ਕੇ ਜਾਣੀ ਆ ਨਾ ਮੈਂ ਲੂਰਾਂ ਤੇਰੇ ਕਿਸੇ ਨੂੰ ਫੜ ਕੇ ਸਾਰੇ ਸਮਝਾਉਂਦੀ ਉਹਨੂੰ ਐ ਸਦੀ ਹੋ ਕੇ ਜਾਇਆ ਕਰ ਜੇ ਪੜ੍ਹਨਾ ਤੇ ਜੇ ਇਹਨੇ ਪੜ੍ਹਾਈ ਛੱਡ ਕੇ ਘਰ ਬਹਿ ਲੈ ਕੋਈ ਲੋੜ ਨਹੀਂ ਇੱਥੇ ਕਦੇ ਨੌਕਰੀ ਤੇ ਲੱਗਣਾ ਉਹਨੇ ਨਾਲੇ ਜੇ ਕੋਈ ਗੱਲਬਾਤ ਹੋ ਗਈ ਨਾ ਮੈਂ ਤੈਨੂੰ ਨਹੀਂ ਛੱਡਣਾ ਘਰੋਂ ਕੱਢ ਦੂੰ ਘਰੋਂ ਹਾਏ ਹਾਏ ਥੱਕ ਗਈ ਆ ਕੋਈ ਹਾਲ ਨਹੀਂ ਇਕੱਲੇ ਬੰਦੇ ਦਾ ਵੀ ਤਾਂ ਹੀ ਆਉਂਦੇ ਆ ਨਾ ਇੱਕ ਧੀ ਜ਼ਰੂਰ ਹੋਣੀ ਚਾਹੀਦੀ ਹੈ ਚੱਲ ਘੱਟੋ ਘੱਟ ਲੱਗ ਚਾਹ ਦਾ ਕਾਪੀ ਬਣਾ ਦੇ ਥੱਕੀ ਟੁੱਟੀ ਨੂੰ ਚਾਹ ਵੀ ਆਪੇ ਬਣਾ ਕੇ ਪੀਣੀ ਪੈਂਦੀ ਆ ਅਰੇ ਕੀ ਕਿਸਮਤ ਵਾ ਅੰਤਰੀ ਸਾਰਾ ਦਿਨ ਲੰਘ ਜਾਂਦਾ ਇੱਦਾਂ ਹੀ ਮੇਰਾ ਤੇ ਕਿਤੇ ਇੱਕ ਮਿੰਟ ਦਾ ਵਿਹਲ ਨਹੀਂ ਲੱਗਦਾ ਸਵੇਰ ਦੀਆਂ ਪਕਾਵਾਂ ਤੇ ਦੁਪਹਿਰੇ ਦੁਪਹਿਰਾਂ ਦੀਆਂ ਪਕਾਵਾਂ ਤੇ ਰਾਤ ਕਰਾਂ ਤੇ ਕਰਾਂ ਕੀ ਹਾਂ ਜੀਵਨ ਬਾਹਰ ਗਰਮੀ ਬੜੀ ਆ ਉੱਠ ਤੇ ਇੱਕ ਪਾਣੀ ਦਾ ਗਲਾਸ ਲੈ ਕੇ ਨਾ ਮੈਨੂੰ ਇੱਕ ਗੱਲ ਦੱਸੋ ਹਾਂ ਫੜ ਕੇ ਗਲਾਸ ਪਾਣੀ ਦਾ ਨਹੀਂ ਪੀ ਸਕਦੇ ਮੈਨੂੰ ਆਣ ਕੇ ਕਿਹਾ ਕਰੋ ਜਿੱਦਾਂ ਮੈਂ ਪਤਾ ਨਹੀਂ ਕਿੱਡੀ ਕੁ ਪਲੰਘ ਤੇਰੇ ਟੰਡੀ ਸਵੇਰ ਦੀ ਉਹ ਤੈਨੂੰ ਪਾਣੀ ਦੇ ਗਲਾਸ ਹੋ ਗਿਆ ਉਹ ਤੈਨੂੰ ਕਹਿੰਦੀ ਮੈਂ ਗੋਲੀ ਮਾਰਤੀ ਆ ਤੇ ਗੋਲੀ ਮਾਰ ਦੋ ਵੀ ਚੰਗੀ ਆ ਆ ਕੰਮ ਰੋਜ਼ ਰੋਜ਼ ਅੰਤਰਸੇ ਆਪਾਂ ਕਰਨ ਚੰਗਾ ਗੋਲੀ ਵੱਜੇ ਇੱਕੋ ਦਿਨ ਕੰਮ ਮੁੱਕ ਜੇ ਤੇ ਮੇਰੀ ਗੱਲ ਸੁਣ ਇੱਡੀ ਔਖੀ ਕਿਉਂ ਤੇ ਮੁੰਡਾ ਵਿਆਹਦਾ ਮੁੰਡਾ ਵਿਆਹਦਾ ਨਖੱਤਾ ਹਾਂ ਕਰੇ ਤੇ ਫੇਰ ਵਾ ਨਾ ਉਹਨੂੰ ਤਾਂ ਮੈਂ ਕਹਿੰਦੀ ਆ ਵੀ ਇੱਕ ਵਾਰੀ ਹਾਂ ਤੇ ਕਰ ਕੁੜੀਆਂ ਦੇ ਤਾਂ ਲੱਗ ਲੈਣਾ ਪਰ ਉਹ ਨਾ ਪਤਾ ਨਹੀਂ ਕੀ ਲੱਭਦਾ ਫਿਰਦਾ ਵਾ ਨਾ ਮੰਮੀ ਅਜੇ ਨਾ ਮੇਰੇ ਬਾਰੇ ਸੋਚੀ ਅਜੇ ਨਾ ਨਾ ਲਵੀ ਕਰਾਂ ਤੇ ਕਰਾਂ ਕੀ ਕਿਹੜੇ ਪਾਸੇ ਮਰਾਂ ਮੈਂ ਚੱਲ ਕਿਹਨੂੰ ਕਹੇਂਗੇ ਤੇ ਫੇਰ ਹੀ ਆ
ਕਹਿਣਾ ਕੀ ਆ, ਆਂਦਾ ਜਾਂ ਮੈਂ ਬਾਹਰ ਜਾਣਾ ਵਾ ਤੇ ਜਾਂ ਮੈਨੂੰ ਕੋਈ ਨੌਕਰੀ ਮਿਲ ਜੇ ਤੇ ਫੇਰ ਵਿਆਹ ਕਰਾਉਣਾ, ਉਹਨਾਂ ਚਿਰ ਮੇਰੇ ਵਿਆਹ ਦਾ ਨਾਂ ਨਾ ਲਈ। ਉਹ ਸਾਰੀ ਦੁਨੀਆ ਇੱਥੇ ਇੱਦਾਂ ਤੁਰੀ ਫਿਰਦੀ, ਨੌਕਰੀ ਕਿਹਨੂੰ ਲੱਭਣ ਡਈ ਆ ਹੈ? ਕਮਾਲ ਹੋਈ ਪਈ ਦੁਨੀਆਂ ਦੀ। ਦੱਸਾਂ ਕਿੰਨਾ ਕੁ ਕੰਮ ਸੀ? ਆ ਪਾਣੀ ਪੀ ਕੇ ਮੇਰੀ ਗੱਲ ਸੁਣਿਓ, ਸੁਣ ਕੇ ਜਾਇਓ, ਏਦਾਂ ਨਾ ਚੱਲ ਜਾਇਓ ਹੁਣ ਬਾਹਰ। ਆ ਗਿਆ ਮਸਾਂ ਪਾਣੀ ਤੇ ਦੱਸ ਲੈਣ ਦੇ ਨਾ, ਕਿਤੇ ਪਾਣੀ ਪਵਾਉਣਾ ਦੇਣਾ ਦੇਣਾ ਵਾਜਾਂ ਮਰ ਜਾਂਦੀ ਹੈ। ਕੀ ਗੱਲ ਵਾ, ਤੂੰ ਤੇ ਪਾਣੀ ਵੀ ਪੀਣ ਦੇਣ ਦੀ? ਮੈਂ ਕਿਹੜਾ ਥੁਗਲਾ ਖੋ ਲਿਆ ਵਾ, ਦੱਸ ਗੱਲ ਕਰਨੀ ਤੁਹਾਨੂੰ ਨਹੀਂ ਕਰਨੀ? ਮੈਂ ਕਹਿੰਦਾ ਦੱਸ ਛੇਤੀ ਕਰ ਜਾ, ਮੈਂ ਗੇੜਾ ਨਹੀਂ ਮੁੜ ਕੇ। ਮੇਰੀ ਗੱਲ ਸੁਣੋ ਹਾਂ, ਮੇਰਾ ਬੜਾ ਜੀ ਕਰਨ ਡਿਆ ਪਿੰਡ ਜਾਣ ਨੂੰ, ਚਲੋ ਹੁਣ ਚੱਲੀਏ। ਮੈਂ ਨਹੀਂ ਜਾਣਾ, ਮੇਰੇ ਤੇ ਤੇਰੇ ਦਾ ਕੰਮ ਧੰਦਾ ਕਿੰਨਾ ਵਾ। ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਤੂੰ ਇਦਾਂ ਹੀ ਠੋਕੇ ਜਵਾਬ ਦੇਣਾ। ਯਾਰ ਠੋਕੇ ਜਵਾਬ ਦੇਣ ਵਾਲੀ ਗੱਲ ਨਹੀਂ, ਸਾਰੇ ਲੱਗਦਾ ਕਿ ਝੋਨਾ ਲਾ ਲਿਆ, ਮੇਰੀਆਂ ਦੋ ਪੈਲੀਆਂ ਰਹਿ ਗਈਆਂ। ਤੇ ਲੱਗ ਹੀ ਜਾਣਾ, ਅਸੀਂ ਕਿਹੜਾ ਫਿਰ ਰਾਤ ਰਹਿਣਾ? ਉਹ ਤੂੰ ਇਤਨਾ ਕੰਮ ਮੁੰਡੇ ਨੂੰ ਨਾਲ ਲੈ ਜਾ, ਵੇਖ ਲਓ ਫਿਰ। ਫਿਰ ਨਾ ਆਖਿਓ ਮਗਰ ਚਾਹ ਨੀ ਆਈ ਤੇ ਪਾਣੀ ਨੀ ਆਇਆ। ਉਹ ਜਾ ਗੁਰੂਆ, ਉਤਰਾ ਤੇਰਾ ਦਿਮਾਗ ਖਰਾਬ ਹੋਇਆ ਜਾਂ ਮਿਲਿਆ ਆਪਣੇ ਭਰਾ ਨੂੰ? ਮਿਲਣ ਨੀ ਲੈਣਾ ਮੁੰਡੇ ਨੂੰ ਫਿਰ ਨਾਲ? ਉਹ ਲੈਣਾ ਯਾਰ, ਮੈਂ ਤੂੰ ਕਹਿਣ ਤੇ ਲਿਆ। ਚੱਲ ਕੋਈ ਨੀ, ਉਹਨੂੰ ਪੁੱਛ ਲੈਂਦੀ, ਉਹ ਕਿਹੜਾ ਬੜਾ ਪੱਤਾ। ਤੇ ਛੇਤੀ ਆ ਜਾਓ। ਨਹੀਂ ਆ ਜਾਾਂਗੇ, ਮੈਨੂੰ ਪਤਾ ਤੂੰ ਘਰ ਦੇ। ਆਹ ਤਾਂ ਮੈਂ ਲੋਕਾਂ ਨੇ ਵੀ ਛਕੜਾ ਵਾ, ਉਹਨਾਂ ਦੇ ਲੰਮੀਆਂ ਤਾਂ ਨੇ ਉੱਥੇ ਮਾਪਤ ਮੁੜ ਕੇ ਪੇ ਰਹੇ ਹੋ। ਕੋਈ ਗੱਲ ਨਹੀਂ, ਲੰਗਰ ਪਾਣੀ ਬਣਾ ਕੇ ਜਾਊਂਗੀ, ਇਦਾਂ ਨਹੀਂ ਜਾਂਦੀ ਮੈਂ। ਹਾਂ ਚੱਲ ਹੋਇਆ ਫਿਰ ਹੈ। ਆਹ ਹੁੰਦਾ ਹੁੰਦਾ ਪੁੱਛ ਲੈਂਦੀ ਆ। ਪੈਸਾ ਹੈਗਾ ਕੋਈ? ਕਿਤਾਵਾਂ ਵੇਖ ਲਓ, ਦੇ ਦਿਓ ਹੈਂ, ਦੇ ਦਿਓ ਕੋਈ। ਹਾਂ 500 ਰਹਿ ਗਏ ਮੇਰੇ ਕੋਲ, 1000 ਦਾ ਸਰ ਜੂਗਾ ਨਾ? ਸਰ ਜਾਣਾ, ਕੋਈ ਗੱਲ ਨਹੀਂ, ਦੇ ਦਿਓ। ਵੇਖ ਲਾ ਮੁੜ ਕੇ ਨਾ ਕਪੱਤ ਕਰੀ ਮੇਰੇ ਨਾਲ। ਅੱਗੇ ਤਾਂ ਮੈਂ ਬੜੀ ਕਪੱਤੀ ਆ ਹਨਾ, ਬੜੇ ਕਪੱਤ ਕਰਦੀ ਤੁਹਾਡੇ ਨਾਲ। ਪਤਾ ਨਹੀਂ ਨਾ ਬੂੜ ਦਾ। ਆਪ ਨਾਲ ਜਾਣਾ ਨਹੀਂ, ਤੁਗਨਾ ਕਰਨੀਆਂ ਵੀ ਵੀ। ਹੁਣ ਮੁੰਡਾ ਆਉਂਦਾ ਉਹਨੂੰ ਕੁਛ ਨਹੀਂ ਆ, ਉਹ ਕਿਹੜਾ ਚੱਜਦਾ, ਉਹਨੇ ਕਿਹੜਾ ਮੂੰਹ ਸਰਕਾਉਣਾ। ਮੰਮੀ ਹਾਂ ਆ ਗਿਆ? ਹਾਂਜੀ ਹਾਂ। ਚਾਹ ਬਣਾਉਣਾ ਘੁੱਟ ਲਾ। ਵੇ ਮੈਂ ਚਾਹ ਵੀ ਬਣਾ ਦਿੱਤੀ ਆ, ਪਹਿਲਾਂ ਮੇਰੀ ਗੱਲ ਸੁਣ। ਦੱਸੋ। ਤੂੰ ਨਾ ਫਟਾਫਟ ਨਾ ਜਾ ਕੇ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ। ਕਿਉਂ? ਚੱਲ ਤੇਰੇ ਨਾਮ ਕੇ ਚੱਲੀ ਅੱਜ। ਉਹ ਮੰਮੀ ਅੱਜ ਨਹੀਂ ਜਾਣਾ। ਹਾਂ ਵੇਖਦਾ ਫਿਰ। ਉਹ ਮੇਰੀ ਗੱਲ ਤੇ ਸੁਣੋ ਪਹਿਲਾਂ, ਉਹ ਪਰਲੇ ਪਿੰਡ ਅੱਜ ਮੇਲਾ ਹੈ, ਅਸੀਂ ਉੱਥੇ ਚੱਲੇ ਆ। ਮੇਰੇ ਖੱਤਿਆ ਤੈਨੂੰ ਮੈਂ ਕਿੰਨੀ ਵਾਰੀ ਵੱਢਿਆ, ਮੇਲਿਆਂ 'ਚ ਨਹੀਂ ਜਾਈਦਾ। ਤੈਨੂੰ ਨਹੀਂ ਪਤਾ 100 ਗੱਲਾਂ ਹੋ ਜਾਂਦੀਆਂ, ਲੜਾਈਆਂ ਭਲਾਈਆਂ ਸਭ ਮੇਲਿਆਂ 'ਚ ਹੁੰਦੀਆਂ ਵਾ, ਐਵੇਂ ਨਹੀਂ ਜਾਈਦਾ ਪਤਾ ਮੇਲਿਆਂ ਦੇ ਵਿੱਚ। ਮੰਮੀ ਮੈਂ ਕਿਹਦੇ ਨਾਲ ਲੜਨਾ ਹੈ? ਆਹੋ ਤੂੰ ਤੇ ਨਹੀਂ ਲੜਨਾ, ਪਰ ਗੱਲ ਪੈਣ ਵਾਲੇ ਬਥੇਰੇ ਹੁੰਦੇ ਆ। ਆ ਮੈਨੂੰ ਨੀ ਉਹ ਕੰਮ ਪਸੰਦ ਮੇਲਿਆਂ ਵਾਲਾ, ਮੇਲੇ ਪਹਿਲਾਂ ਪਹਿਲਾਂ ਹੁੰਦੇ ਸੀ, ਅੱਜ ਕੱਲ ਤੇ ਉਹ ਕੋਈ ਲੜਾਈਆਂ ਹੀ ਨੂੰ ਚੁੱਪਣਾ ਤੇ ਪੱਪਾ ਮੇਰੇ ਨਾਲ। ਮੈਨੂੰ ਪਹਿਲਾਂ ਪਤਾ ਸੀ ਤੁਸੀਂ ਨਾ ਹੀ ਕਰਨੀ ਹੈ। ਆਹ ਕਰਨੀ ਆ ਜਾਂ ਨਾ ਜਾ ਕੇ ਨਾਨਕੇ ਜਾਣਾ ਤੇਰੇ ਅੱਜ, ਹੋਰ ਕਿਤੇ ਨੀ ਜਾਣਾ। ਮੇਰਾ ਤਾਂ ਜੀ ਨਹੀਂ ਕਰ ਰਿਹਾ ਜਾਣ ਨੂੰ, ਕਿਉਂ ਮੁੰਡਿਆਂ ਨੂੰ ਤਿਆਰ ਕੀਤਾ ਨਾਲ। ਮੁੰਡੇ ਜ਼ਿਆਦਾ ਜ਼ਰੂਰੀ ਤੈਨੂੰ ਮਾਨ ਨਾਲ ਹਨਾ, ਉਦੋਂ ਤੇਰਾ ਪਿਓ ਟਕੇ ਟਕੇ ਦੇ ਜਵਾਬ ਦਿੰਦਾ, ਤੂੰ ਵੀ ਜਵਾਬ ਦੇਈ ਜਾਇਆ ਕਰ ਦਵਾ ਦੋ। ਉਹ ਮੰਮੀ ਚੁੱਪ ਵੀ ਕਰ, ਨਾ ਕਰ ਨਾ, ਉਹੀ ਲੱਗਾ ਕਰਨ ਨੂੰ। ਪਰ ਆ ਛੇਤੀ ਜਾਣਾ ਜੀ। ਕੋਈ ਗੱਲ ਨੀ, ਨਾ ਤੂੰ ਤਿਆਰ ਹੋ, ਆ ਵੀ ਜਾਵਾਂਗੇ। ਤੁਸੀਂ ਚਾਹ ਬਣਾਓ, ਕੋਈ ਜਾ ਜਾ ਨਾ ਨੀ ਕਰਦਾ ਜਾ ਨੂੰ ਵੇਖਾਂ। ਮੇਲਾ ਵੇਖਣਾ ਮੈਂ ਜੱਦਾ ਮੇਲੇ ਦਾ, ਇਹਨੂੰ ਇਹ ਨਹੀਂ ਪਤਾ ਵੀ ਮੇਲਿਆਂ ਵਿੱਚ ਕਿਹੜੀ ਸੁੱਖ ਹੁੰਦੀ ਆ।
ਕਦੀ ਕੋਈ ਕਿਸੇ ਨਾਲ ਲੜ ਪਿਆ, ਕਦੀ ਕੋਈ ਕਿਸੇ ਨਾਲ ਲੜ ਪਿਆ। ਮੇਲੇ ਤਾਂ ਪਹਿਲਾਂ ਹੁੰਦੇ ਸੀਗੇ, ਐਵੇਂ ਮੂੰਹ ਚੁੱਕਿਆ ਮੇਲੇ ਨੂੰ। ਮੇਰੇ ਨਾਲ ਤਾਂ ਕੋਈ ਜਾ ਕੇ ਰਾਜੀ ਨੀਗਾ, ਪਤਾ ਨੀ ਕੀ ਹੋ ਗਿਆ ਇਹਨਾਂ ਨੂੰ। ਚੱਲ ਚਾਹ ਬਣਾ ਕੇ ਦਵਾਂ।